बंदे असि अपने चुक के इमानदार बंदे जेडे बेईमानी नहीं करते भावे कुसका भरा भी आ जाए ठीक है सर जी ए कमेटी दे बंदे सी सही ठीक है कमेटी दे बंदे ने इन्हां नूं फोन कमेटी कोई भी फैसला कर सकदी कमेटियां बनाईयां कदे वास्ते इहदे वाले ना मुनसिब भेजण दी उन्होंने कहा कि मुनसिब भेजना जी ठीक है उन्होंने कठिया बह के फोन किया इन्हें हर बंदे ना बदतमीजी फिर उन्होंने चुक के चेयरमैन साहब ने काशम ने कहा भाई ताडा बंदा वा ताडी पार्टी आहो ताडी शलान तों ऐ दे नाल यार तुसीं इतना काशम नूं भी गर्मी सर्दी खान लग गया बिलकुल होई है काशम ने इन्हें बदतमीजी की थी उतो इन्हें झूठ बोलिया के मेरे को पिस्टल लैके आ गया एक बार तो मैं बचा लिया उन्होंने को हकीकत गल सारी दुनिया नु पता मैं इन्हू बचाया ठीक है वो ए घर तिकर की पता जो जो हद तिकर वो चल गए थे ना कबूतरबाजी का कबूतरबाजी का होना चाहिए कबूतरबाजी ही होना चाहिए मेरी एक जाति जो फैसले कमेटियां कद लिए बनाईया कर दिया जो कमेटी की नहीं मननी इन्हें साजी बाजी नहीं उड़ाई ਅਸੀਂ 4 ਵਜੇ ਤੋਂ ਲੈ ਕੇ ਚੋਰ ਹਾਜੀ ਅਹਿਮਦ ਜ਼ਮਾਨ ਸਾਹਿਬ ਜੀ ਜੀ ਉਸਤਾਦ ਰਜ਼ਾਕ ਜਾਕਾ ਸਾਹਿਬ ਕਾਸ਼ਫ ਮੁੰਨਾ ਜੀ ਜੀ ਗੋਸ਼ੀ ਜੀ ਜੀ ਅਸੀਂ 7 ਬੰਦੇ ਦੇ ਦਰਵਾਜ਼ੇ ਚੱਲ ਕੇ ਪੱਲਾ ਮਾਰ ਇਹ ਘਰ ਹੀ ਸੀ ਘਰੋਂ ਹੀ ਨਹੀਂ ਨਿਕਲਿਆ ਉਸ ਤੋਂ ਬੰਦੇ ਨੂੰ ਕਹੀ ਜਾਂਦਾ ਮੈਂ ਨੀ ਪੱਲਾ ਮਾਰਨਾ ਜੇ ਗਿਲਟੀ ਨਹੀਂ ਸੀ ਤੇ ਉੱਠ ਕੇ ਪੱਲਾ ਮਾਰਦਾ ਮੁਨਸਿਬ ਦੀ ਕਿਹੜੀ ਗੱਲ ਸੀ ਯਾਰ ਭਰਾ ਭਰਾਵਾਂ ਦੇ ਦਰਵਾਜ਼ਿਆਂ ਤੇ ਜਾਂਦੇ ਆ ਕਦੀ ਕੋਈ ਕਿਸੇ ਦੁਸ਼ਮਣ ਦੇ ਵੀ ਦਰਵਾਜ਼ੇ ਤੇ ਗਿਆ ਇੱਕ ਬੰਦਾ ਮੈਂ ਗਿਲਟੀ ਨਹੀਂ ਮੈਨੂੰ ਇੱਕ ਦੀ ਬਜਾਏ 4 ਮੁਨਸਿਬ ਭੇਜ ਦੇਣ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਮੁਨਸਿਬ ਦਾ ਬਿਲਕੁਲ ਯੂਨੀਅਨ ਮੁਨਸਿਬ ਭੇਜੇ ਤੇ ਕੋਈ ਇਤਰਾਜ਼ ਨਹੀਂ ਅਗਰ ਕੋਈ ਹੋਰ ਬੰਦਾ ਭੇਜਦਾ ਨਾ ਫਿਰ ਇਤਰਾਜ਼ ਕਰ ਸਕਦਾ ਉਸਤਾਦ ਜੀ ਉਹਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਦੱਸ ਦਵਾਂ ਕਿ ਮੇਰੀ ਖੁਦ ਵੀ ਭਾਈ ਮਹਿਰ ਭੁੱਲੇ ਮੰਡੀ ਵਾਲੇ ਨਾਲ ਗੱਲ ਹੋਈ ਸੀ ਉਹਨਾਂ ਕਹਿੰਦੇ ਯਾਰ ਮੇਰੇ ਨਾਲ ਇਹਨਾਂ ਨੇ ਮੇਰੇ ਨਾਲ ਕੀਤੀ ਗਲਤ ਬਿਆਨੀ ਇਹਨਾਂ ਨੇ ਮੈਨੂੰ ਕਿਹਾ ਜੀ ਕਿ ਫਲਾਂ ਬੰਦਾ ਜਿਹੜਾ ਉਹ ਤੁਹਾਡੇ ਵੱਲ ਮੁਨਸਿਬ ਭੇਜਣਾ ਚਾਹੁੰਦਾ ਕਹਿੰਦਾ ਜਦੋਂ ਮੇਰੀ ਉਹਦੇ ਨਾਲ ਗੱਲ ਹੋਈ ਹੈ ਤਾਂ ਉਹਨੇ ਕਿਹਾ ਯਾਰ ਮੈਂ ਤਾਂ ਮੁਨਸਿਬ ਤੇਰੇ ਵੱਲ ਭੇਜਣਾ ਹੀ ਕੋਈ ਨਹੀਂ ਪਰ ਯੂਨੀਅਨ ਨੇ ਤੇ ਇਦਾਂ ਹੀ ਕਿਹਾ ਕਿ ਭੇਜਣਾ ਹੁੰਦਾ ਨਾ ਕਿ ਅਗਲੇ ਨੂੰ ਤਕਲੀਫ ਨਾ ਹੋਵੇ ਹਾਂਜੀ ਹਾਂਜੀ ਕਿ ਮੇਰੇ ਤੇ ਸ਼ੱਕ ਨਾ ਕਰਨ ਜੇ ਤੇ ਸ਼ੱਕ ਕਰਦੇ ਆ ਜੀ 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 ਜਦੋਂ ਕੋਈ ਕੰਪਲੇਨ ਆਉਂਦੀ ਆ ਫਿਰ ਯੂਨੀਅਨ ਕਿਸੇ ਤਰੀਕੇ ਨਾਲ ਹੀ ਭੇਜਦੀ ਹੈ ਨਾ ਹਾਂ ਬਿਲਕੁਲ ਡਾਇਰੈਕਟ ਤੇ ਨਹੀਂ ਕਿ ਉਹਨਾਂ ਨੇ ਕਹਿਣਾ ਕਿ ਭਾਈ ਸਾਨੂੰ ਤੇਰੇ ਤੇ ਸ਼ੱਕ ਆ ਤੂੰ ਬਾਹਰੋਂ ਛੱਡੀ ਆ ਜਾਂ ਤੂੰ ਬਾਹਰੋਂ ਛੱਡਦਾ ਵਾ ਇਹ ਤੇ ਨਹੀਂ ਨਾ ਉਹਨਾਂ ਨੇ ਕਹਿਣਾ ਹਾਂ ਬਿਲਕੁਲ ਉਹਨਾਂ ਨੇ ਕਿਸੇ ਤਰੀਕੇ ਨਾਲ ਹੀ ਮੁਨਸਿਬ ਭੇਜਣਾ ਹੁੰਦਾ ਬਿਲਕੁਲ ਉਹ ਯੂਨੀਅਨ ਨੇ ਮੁਨਸਿਬ ਦਾ ਕਿਹਾ ਇਹ ਯੂਨੀਅਨ ਨਾਲ ਲੜ ਪਿਆ ਸਹੀ ਸਹੀ ਹਾਲਾਂਕਿ ਮੈਂ ਬਾਜ਼ੀ ਨਹੀਂ ਖੇਡਣੀ ਅੱਗੇ ਤੋਂ ਫਿਰ ਅਗਲੀ ਗੱਲ ਸੁਣ ਲਓ ਜੀ ਕੋਈ ਦੁਨੀਆ ਦਾ ਐਸਾ ਸਾਫ ਦੱਸ ਦਿਓ ਬਾਜ਼ੀ ਛੱਡ ਕੇ ਨੱਸ ਗਿਆ ਜੀ ਅਸੀਂ ਇਹਨੂੰ ਇਹਦੇ ਪੂਰੇ ਪੈਸੇ ਵਾਪਸ ਕੀਤੇ ਵੈਰੀ ਗੁੱਡ ਪੂਰੇ ਪੈਸੇ ਇਹਦੇ ਵਾਪਸ ਕਰ ਦਿੱਤੇ ਪੈਸੇ ਵੀ ਸਾਡੇ ਕੋਲ ਜਮ੍ਹਾਂ ਸੀ ਅਸੀਂ 1 ਰੁਪਿਆ ਵੀ ਨਹੀਂ ਇਹਦਾ ਕੱਟਿਆ ਇਹਨੂੰ ਘਾਲਵ ਦੇ ਦੇਵੇ ਕਿ ਪੈਸੇ ਸਾਰੇ ਵਾਪਸ ਨਹੀਂ ਦਿੱਤੇ ਇਹਨੂੰ ਇੱਕ ਦੋ ਘਰਾਂ ਨੇ ਪੈਸੇ ਨਹੀਂ ਵੀ ਦਿੱਤੇ ਜਿਨ੍ਹਾਂ ਨੇ ਨਹੀਂ ਇਹਨੂੰ ਛੱਡੇ ਜ਼ਾਹਰ ਆ ਉਹ ਤੇ ਨਹੀਂ ਸੀ ਨਾ ਅਸੀਂ ਇਹਨੂੰ ਦੇਣੇ ਜੀ 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 ਉਹਨਾਂ ਨੇ ਹਾਲੇ ਕਿ ਇਹਦੀ ਪਾਰਟੀ ਦੇ ਬੰਦੇ ਸੀਗੇ ਤੇ ਸਾਰੀ ਜ਼ਿੰਦਗੀ ਉਹਨਾਂ ਨਾਲ ਰਿਹਾ ਅਗਲਿਆਂ ਨੇ ਕਿਹਾ ਭਾਈ ਸਾਡੇ ਪੈਸੇ ਅਸੀਂ ਆਪਣੀ ਮਰਜ਼ੀ ਨਾਲ ਛੱਡਾਂਗੇ ਸਾਡੇ ਪੈਸੇ ਨਹੀਂ ਦੇਣੇ ਬਾਕੀ ਪੈਸੇ ਸਾਡੇ ਕੋਲ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਇਹਨੇ ਕਿਹਾ ਜੀ ਆਹ ਬੰਦਿਆਂ ਨੇ ਮੈਨੂੰ ਪੈਸੇ ਛੱਡਤੇ ਆ ਠੀਕ ਆ ਜਿਨ੍ਹਾਂ ਨੇ ਇਹਨੂੰ ਛੱਡ ਦਿੱਤੇ ਅਸੀਂ ਉਹ ਇਹਨੂੰ ਪੈਸੇ ਦੇ ਦਿੱਤੇ ਸਹੀ ਉਸ ਤੋਂ ਇਲਾਵਾ ਯੂਨੀਅਨ ਹੋਰ ਕੀ ਕਰ ਸਕਦੀ ਦੱਸੋ ਹਾਂ ਬਿਲਕੁਲ ਇਹੀ ਚੇਅਰਮੈਨ ਸਾਹਿਬ ਸੀ ਆਪਣੇ ਯਾਨੀ ਕਿ ਕੱਪਾਂ ਦੇ ਪੈਸੇ ਵੀ ਤੁਸੀਂ ਇਹਨਾਂ ਨੂੰ ਦੇਤੇ ਇਹਨਾਂ ਦਾ ਕੋਈ ਪੈਸਾ ਟੋਟਲੀ ਆਫਤ ਫਰਕਾਨ ਸਾਹਿਬ ਨੇ ਇਹਨਾਂ ਹਿਸਾਬ ਕੀਤਾ ਹਿਸਾਬ ਕਰਕੇ ਇਹਨੂੰ ਦਿਖਾਇਆ ਵਾ ਦਿਖਾ ਕੇ ਇਹ ਮੇਰੇ ਕੋਲ ਪੈਸੇ ਲੈ ਗਿਆ ਸਹੀ ਜਦੋਂ ਸਾਜੀ ਇਹਨੂੰ ਅਸੀਂ ਇਹਦਾ ਬਾਈਕਾਟ ਹੀ ਹੋ ਗਿਆ ਜੀ ਜੀ ਠੀਕ ਹੈ ਇਹਨੂੰ ਯੂਨੀਅਨ ਚੋਂ ਬੈਨ ਕਰਤਾ ਜੀ ਜੀ ਫਿਰ ਇਹਦੇ ਅਸੀਂ ਕੱਪਾਂ ਦੇ ਪੈਸੇ ਕਿਉਂ ਰੱਖਣੇ ਸੀ ਮੈਨੂੰ ਦੱਸ ਬਿਲਕੁਲ ਝੂਠ ਬੋਲਦਾ ਪਿਆ ਇਹ ਤੁਹਾਡਾ ਜਿਹੜਾ ਹਿਸਾਬ ਕਿਤਾਬ ਹੋਇਆ ਸੀ ਜੇਠ ਚ ਹੋਇਆ ਸੀ ਨਾ ਚੇਤਰ ਤੇ ਪਹਿਲੇ ਉੱਡ ਗਿਆ ਹਾਂ ਚੇਤਰ ਪਹਿਲੇ ਉੱਡ ਗਿਆ ਬਾਅਦ ਚ ਜੇਠ ਆਇਆ ਤੇ ਜੇਠ ਦੇ ਵਿੱਚ ਹਿਸਾਬ ਕਿਤਾਬ ਖੁਦ ਆ ਕੇ ਤੁਹਾਡੇ ਨਾਲ ਕਰਕੇ ਟੋਟਲ ਕਲੀਅਰ ਕਰਕੇ ਲੈ ਕੇ ਗਏ ਪੈਸੇ ਕਰਕੇ ਲੈ ਗਿਆ ਚਲੋ ਅਗਰ ਉਹਨਾਂ ਨੂੰ ਕੋਈ ਡਾਊਟ ਹੈਗਾ ਕਿ ਅਗਰ ਮੇਰੇ ਉਹ ਕੱਪ ਦੇ ਪੈਸੇ ਰਹਿੰਦੇ ਆ ਤੇ ਕਿਆ ਉਹ ਤੁਹਾਡੇ ਨਾਲ ਬਹਿ ਕੇ ਹਿਸਾਬ ਕਿਤਾਬ ਕਰ ਸਕਦੇ ਆ ਜਦੋਂ ਮਰਜ਼ੀ ਆਵੇ ਯੂਨੀਅਨ ਨਾਲ ਬਹਿ ਕੇ ਹਿਸਾਬ ਕਰ ਲਵੇ ਅਗਰ ਉਹ ਕੱਪਾਂ ਦੇ ਪੈਸੇ ਕਰਾਨੀ ਮਾਨੀ ਰਹਿੰਦੇ ਤੇ ਅਸੀਂ ਦਾਂਗੇ ਬਹੁਤ ਅੱਛੇ ਜਦੋਂ ਮਰਜ਼ੀ ਆ ਜਾਵੇ ਬਹੁਤ ਅੱਛੇ ਉਸਤਾਦ ਜੀ ਹਾਂਜੀ ਜੇ ਅਸੀਂ ਕੱਟੇ ਆ ਲਿਆ ਕੇ ਹਿਸਾਬ ਕਰ ਲਵੇ ਸਾਡੇ ਕੋਲ ਤਾਂ ਲਿਖਿਆ ਪਿਆ ਵੈਰੀ ਗੁੱਡ ਹਾਂਜੀ ਵੈਰੀ ਗੁੱਡ ਬਿਲਕੁਲ ਠੀਕ ਹੋ ਗਿਆ ਉਸਤਾਦ ਜੀ ਬਿਲਕੁਲ ਠੀਕ ਹੋ ਗਿਆ ਅੱਛਾ ਉਸਤਾਦ ਜੀ ਹੁਣ ਇੱਕ ਅਗਲਾ ਕੁਐਸਚਨ ਤੁਹਾਡੇ ਨਾਲ ਕਿ ਜਿਸ ਤਰ੍ਹਾਂ ਇਸ ਦਫਾ ਮੈਂ ਦੇਖਿਆ ਜੇਠ ਦੇ ਵਿੱਚ ਖਾਸ ਕਰ ਕਿ ਕੁਝ ਫੈਸਲੇ ਕੀਤੇ ਗਏ ਚੇਅਰਮੈਨ ਇਨਸਾਫ ਕਮੇਟੀ ਦੀ ਤਰਫੋਂ ਇਧਰੋਂ ਵੀ ਹੋਏ ਕੁਝ ਉਧਰੋਂ ਐਸਨਪੁਰੀ ਗਰੁੱਪ ਦੇ ਵਿੱਚੋਂ ਵੀ ਫੈਸਲੇ ਸਾਹਮਣੇ ਆਏ ਕੁਝ ਛੱਤਾਂ ਦੇ ਇੱਧਰ ਜਿਨ੍ਹਾਂ ਦੇ ਖਿਲਾਫ ਫੈਸਲੇ ਗਏ ਬੱਲਾ ਆਲਮ ਉਹ ਦਰੁਸਤ ਸੀ ਜਾਂ ਰੋਂਗ ਸੀ ਇਸ ਚੀਜ਼ ਦਾ ਮੈਨੂੰ ਨਹੀਂ ਲਮ ਲੇਕਿਨ ਜਿਨ੍ਹਾਂ ਦੇ ਖਿਲਾਫ ਗਏ ਫੈਸਲੇ ਉਹ ਉੱਧਰ ਚਲੇ ਗਏ ਜੇ ਉਹਨਾਂ ਦੇ ਉੱਧਰੋਂ ਕਿਸੇ ਦੇ ਖਿਲਾਫ ਫੈਸਲਾ ਹੋਇਆ ਤਾਂ ਕੋਈ ਇੱਧਰ ਆ ਜਾਏ ਠੀਕ ਹੈ ਨਾ ਉਸਤਾਦ ਜੀ ਕੀ ਗੇਮ ਚੱਲ ਰਹੀ ਹੈ ਉਸਤਾਦ ਜੀ ਪਤਾ ਕੀ ਹੈ ਇਹੀ ਤਾਂ ਗੱਲ ਆ ਭਾਵੇਂ ਯੂਨੀਅਨ ਲਾਹੌਰ ਤੁਸੀਂ ਦੇਖ ਲਓ ਤਰੀਕਾ ਕਾ ਜੀ
लेकिन एक गंदा बंदा वा ओनू नहीं लेना चाहिदा बिल्कुल भावे मैं या गंदा जे कोई बंदा ओनू दूसरी यूनियन नु नहीं लेना चाहिदा ओ किसे नु नहीं लेना चाहिदा फैसलाबाद शहर दे विच पूरे जी इन्ना गंदिया बंदिया दी वजह तो साडा शौक खराब आ और ला इला इल्ला मुहम्मद रसूल अल्लाह इन्ना बंदिया दे वजह तो अज असी दो पार्टियां वा साडी कोई लड़ाई नहीं इन्ना आपस दी कोई लड़ाई नहीं चलो सांगले कट हो मियां हसन रशीद पुरी साहब बैठे मैं भी नाल बैठा रोटी कट्ठिया खादी सारा और उन्हें मैंने आप कहा उन्हें कहा यार शहजादा भाई सुलह कब होगी अल्लाह करे इंशाल्लाह जल्दी हो जाए अगर उस बंदे च इतना अमीर आदमी हो के भी जी 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 साहब सी तो हो गए आकड़ होंदी तो मेनू ए गल क्यों कहंदा यार सुलह कब होगी नहीं नहीं बहुत अच्छे इंसान ने इखलाक भी अच्छा है इंसान भी अच्छे ने सारे भरा ही अच्छे है जी इंसान आप अच्छा हो सारे ही अच्छे है उस्ताद जी सुलह तो यह बंदे नहीं होने देंगे जेडे शैतान है क्योंकि इन्ना इन्ना जो यूनियन एक हो गई गंदा बंदा बाहर हो जाना कि नहीं बिल्कुल हो जाना बेनीफिट इन्हां नूं इही आ कि यूनियन दो वा ते ओ बंदा इधरों बैंड लाना उधर चल जांदा उन्ना ओ लाना ब्लैकमेलिंगे ब्लैकमेलिंगे ना चल रही है साफ चल रही है काम छड़ता ना लेने नाल शुरू उन्ना ने भावे दो ही है दूसरा ना हो बिलकुल मेनू नी दिता मेनू नी दिता फंड देन लग्या तुसी दे लो 5000 रुपया नी देंदे हांजी 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 उस्ताद जी दा भी इक तरीका कर हो सकदा वोटिंग कर लैण जेड़े कोई 5-7 ओदे मेन है ओ चूज कर लो बाकियां दी वोटिंग करा के ओदे च लै आओ अगर ओदियां दा कोई रोल आवे ते इंशाल्लाह ए भी कोशिश करांगे ओदियां दा ए बंदे जेड़े ओदे वाले भाजी मेन गल आ जेड़ा बंदा गंदा ना ओ यूनियन इक नहीं होण देगा इक नहीं होण देंदा ए बड़ी गल सही है जाहरा जो एक हो गई तो ओनू किन्ने लेना मेन सब तो पहले ओनू ही कढ़ना जिन्ने कढ़ना जे मैं गंदा वा ते मेनू कढ़ के बाहर ला आया ओनू समझ आ जाए बिल्कुल 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 उस्ताद जी माशाल्लाह कम अज कम कोई 100-150 बंदा साडे नाल लाइव प्रोग्राम देख रहा सी अजान होने लग पई ते जिहदी वजह तों कुछ दोस्त प्रोग्राम बंद कीता बहुत सारे दोस्त ऐसे ने जिन्होंने तुहाडे नाल सलाम दुआ कीती है कुछ दोस्त ने जिन्होंने मैनू भी सलाम किया है लेकिन असी अपनी गुफ्तगू दे विच क्योंकि मैं तुहानू कट नहीं सी सकदा तुहाडी गुफ्तगू नू ते जवाब नहीं दे सके ते बहुत शुक्रगुजार हां जनाब मैं तमाम दोस्तों का जिन्होंने मैनू मुखातब किया मेरे लिए कमेंट्स किए मेरे प्रोग्राम नू देखिया प्रोग्राम नू शेयर भी किया तो जिन्होंने सलाम किया उन्होंने मेरी तरफों वालीकुम सलाम उस्ताद शहजादा कसाई साहब जिन्होंने दोस्तों ने तुहानू सलाम किया मैं जे एक गल करा उस्ताद मेहर तारक साहब आ मेरे वड्डे भाई है जी 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 अल्लाह पाक की कसम है जो कोई जेड़ा बंदा भी सिवाय एक दो बंदियां तो अलावा उन्होंने नहीं सी बोलता जी जी देखो अगे जवाब देना हुंदा भाई बहु मतलब हुण उन्हां दा प्यार भी बड़ा जी 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 बहु जात साहब ਇਹ ਤਲਕ ਕਲਾਮੀ ਕਰਦੇ ਸੀ ਜਾਂ ਇੱਕ ਦੋ ਵਾਰੀ ਆ ਬਹੁ ਇਹਨੇ ਭੋਲੇ ਨੇ ਕੀਤੀ ਉਹਨਾਂ ਨੇ ਜੀ 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 ਉਹ ਜੋ ਫੈਸਲਾ ਕਰ ਦਿੰਦੇ ਸੀ ਨਾ ਕੋਈ ਉਹਨਾਂ ਦੇ ਫੈਸਲੇ ਨੂੰ ਟਕਰਾਂਦਾ ਹੀ ਨਹੀਂ ਸੀ ਹਾਂ ਪਿਆਰ ਸੀ ਯੂਨੀਅਨ ਚ ਮੁਹੱਬਤ ਸੀ ਠੀਕ ਆ ਔਰ ਫੈਸਲਾ ਵੀ ਗਲਤ ਨਹੀਂ ਕਰਦੇ ਜੀ 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 ਇਹ ਵੀ ਗੱਲ ਆ ਉਹਨਾਂ ਨੇ ਅੱਲਾ ਨੂੰ ਜਾਣ ਦੇਣੀ ਆ ਬੜੇ ਅੱਛੇ ਇਨਸਾਨ ਆ ਫੈਸਲਾ ਵੀ ਉਹ ਸਹੀ ਡੰਡੀ ਜੋ ਵੀ ਆ ਕਦੀ ਕਿਤੇ ਬੰਦਿਆਂ ਕੋ ਗਲਤ ਹੋ ਵੀ ਜਾਂਦਾ ਹੈ ਗਲਤ ਹੋ ਨਹੀਂ ਜਾਂਦੇ ਬੰਦੇ ਕਰਾ ਦਿੰਦੇ ਆ ਹਾਂ ਲੇਕਿਨ ਇਹ ਨਹੀਂ ਗੱਲ ਕਿ ਮਤਲਬ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਭਰਾਵਾਂ ਨੂੰ ਪਿੱਛੇ ਛੱਡ ਸੀ ਉਹਨਾਂ ਦੇ ਨਾਲ ਆ ਜੀ ਜੀ ਸਾਡੀ ਕੋਈ ਜਾਤੀ ਲੜਾਈ ਨਹੀਂ ਕਬੂਤਰਬਾਜ਼ੀ ਦੀ ਲੜਾਈ ਆ ਅਸੂਲਾਂ ਦੀ ਲੜਾਈ ਆ ਇਹ ਯੂਨੀਅਨ ਇੱਕ ਨਾ ਇੱਕ ਦਿਨ ਇਕੱਠੀ ਹੋਣੀ ਆ ਜੀ ਠੀਕ ਆ ਲੜਾਈ ਆ ਵੱਡਿਆਂ ਦੀ ਠੀਕ ਆ ਚੋਰੀ ਸਾਹਿਬ ਨੇ ਸਾਡੇ ਬਜ਼ੁਰਗ ਨੇ ਜੀ 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 ਅੱਜ ਰੋਲਾ ਉਹ ਕਈ ਵਾਰੀ ਹੁਣ ਉਹਨਾਂ ਨੇ ਕਿਹਾ ਵਾ ਕਿ ਤੁਸੀਂ ਸਰਪ੍ਰਸਤ ਆ ਸਰ ਦੋਵਾਂ ਦੇ ਜੀ 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 ਯੂਨੀਅਨ ਨੂੰ ਇਕੱਠੇ ਕਰੋ ਇਹ ਯੂਨੀਅਨ ਇੱਕ ਨਾ ਇੱਕ ਦਿਨ ਹੋਣੀ ਆ ਸਹੀ 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 ਉਸਤਾਦ ਜੀ ਸ਼ੇਖ ਅਰਸਲਾਨ ਸਨੀ ਸਾਹਿਬ ਨੇ सलाम कह रहे ने ਤੁਹਾਨੂੰ ਕਾਸ਼ਫ ਸਦੀਕ ਸਾਹਿਬ ਨੇ ਕਾਸਿਮ ਸਦੀਕ ਸਾਹਿਬ ਨੇ ਤੁਹਾਨੂੰ ਸਲਾਮ ਕਹਿ ਰਹੇ ਨੇ ਜਨਾਬ ਉਸ ਤੋਂ ਬਾਅਦ ਅਲੀ ਬੱਟ ਸਾਹਿਬ ਅਲੀ ਰਜ਼ਾ ਸਾਹਿਬ ਹੈ ਠੀਕ ਹੈ ਹੋਰ ਬਹੁਤ ਸਾਰੇ ਦੋਸਤ ਨੇ ਇੱਕ ਨੇ ਉਹ ਸ਼ਾਹਦ ਅੱਡੇ ਵਾਲੇ ਸੀ ਉਹ ਵੀ ਕੁਝ ਸਲਾਮ ਦੁਆ ਵੀ ਕਹਿ ਰਹੇ ਸੀ ਨਾਲੇ ਕਹਿ ਰਹੇ ਅੱਜ ਉਸਤਾਦ ਹੁਣੀ ਬੜੇ ਗੁੱਸੇ 'ਚ ਲੱਗ ਰਹੇ ਆ ਤੇ ਗੁੱਸੇ ਦੀ ਨਹੀਂ ਗੱਲ ਹੈਗੀ ਇਸ ਤਰ੍ਹਾਂ ਬਿਆਨ ਦੇਣਾ ਜਾਂ ਅੱਛੀਆਂ ਚੀਜ਼ਾਂ ਨਹੀਂ ਹੈਗੀਆਂ ਮੈਂ ਭੋਲੇ ਨੂੰ ਇਹ ਗੱਲ ਕਹੂੰਗਾ ਕਿ ਭੋਲਾ ਮੇਰਾ ਭਾਈ ਹੈ ਲੇਕਿਨ ਉਹਨੂੰ ਇਦਾਂ ਦੀਆਂ ਚੀਜ਼ਾਂ
ਪਹਿਲੇ ਸੋਚ ਸਮਝ ਕੇ ਮੈਨੂੰ ਫੋਨ ਕਰ ਲਵੇ ਡਾਇਰੈਕਟ ਜੀ 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 ਮੈਨੂੰ ਕਹੇ ਯਾਰ ਤੂੰ ਅਜ਼ਿਆਤੀ ਕੀਤੀ ਆ ਹਾਂ ਯਾਰ ਤੂੰ ਇਹ ਗੱਲ ਕੀ ਕੀ ਸੋਚ ਕੇ ਕੀਤੀ ਕਿਸ ਤਰ੍ਹਾਂ ਕੀਤੀ ਮੈਂ ਮਾਫੀਆਂ ਮੰਗਦਾ ਫਿਰਦਾ ਮੈਂ ਤੁਸੀਂ ਇੱਕ ਕੁੱਤੇ ਦੇ ਉੱਪਰ ਲਿਖਦੇ ਹੋ ਨਾ ਰਾਜਪੂਤ ਤੇ ਅੱਲਾ ਦੀ ਕਸਮ ਉਹ ਨਾ ਮਰੇ ਕਿਸੇ ਕੋਲੋਂ ਤੇ ਮੈਂ ਰਾਜਪੂਤ ਆ ਤਾਂ ਮੈਂ ਤਾਂ ਕੱਲਾ ਹੀ ਫਿਰਦਾ ਸਾਰੀ ਸਾਰੀ ਰਾਤ ਫਿਰਦਾ ਵਾਂ ਮੈਨੂੰ ਕਿਸੇ ਦਾ ਡਰ ਨਹੀਂ ਅੱਲਾ ਤੋਂ ਬਾਅਦ ਮੈਂ ਤੇ ਉਸ ਜਗ੍ਹਾ ਤੋਂ ਆਇਆ ਕਈ ਵਾਰੀ ਉਸ ਜਗ੍ਹਾ ਤੋਂ ਆਇਆ ਉਸ ਮੌਤ ਦੇ ਮੂੰਹ ਦੇ ਵਿੱਚੋਂ ਆਇਆ ਮੈਨੂੰ ਕਾਹਦਾ ਡਰ ਆ ਕਿਸੇ ਦਾ ਮਰਨਾ ਜੀ ਸਭ ਨੇ ਮਰਨਾ ਜਿੱਦਾਂ ਜਿੱਦਾਂ ਕਿਸੇ ਦੀ ਕਾਕੇ ਦੇ ਮੈਨੂੰ ਪੈਰਾਂ 'ਚ ਬਿਠਾਈ ਜਾਂਦਾ ਉਹ ਮੇਰਾ ਉਸਤਾਦ ਆ ਉਹ ਅੱਛੇ ਬੰਦੇ ਆ ਸਾਡੀ ਇੱਜ਼ਤ ਵੀ ਉਹਨਾਂ ਨੇ ਕੀਤੀ ਅਸੀਂ ਉਹਨਾਂ ਦੇ ਘਰ ਵੀ ਗਏ ਆ ਬਹੁਤ ਅੱਛੇ ਇਨਸਾਨ ਆ ਐਸਾ ਇਨਸਾਨ ਹੀ ਨਹੀਂ ਹੋਣਾ ਬਿਲਕੁਲ ਉਹ ਚੌਧਰੀ ਟਾਈਪ ਬੰਦੇ ਆ ਠੀਕ ਆ ਉਹਨਾਂ ਉਹ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ 'ਚ ਆਉਂਦੇ ਵੀ ਨਹੀਂ ਆ ਤੇ ਮੈਂ ਨੱਸ ਕੇ ਉਹਨਾਂ ਦਾ ਨਾਂ ਲੈ ਲੈਂਦਾ ਔਰ ਮੈਂ ਅੱਲਾ ਦੀ ਕਸਮ ਹੈ ਜਿੰਨੀ ਮੈਂ ਉਸ ਬੰਦੇ ਦੀ ਇੱਜ਼ਤ ਕਰਦਾ ਨਾ ਕਿ ਐਸਾ ਇਨਸਾਨ ਮਜ਼ਬੂਤ ਇਨਸਾਨ ਔਰ ਗੱਲ ਦਾ ਪੱਕਾ ਇਨਸਾਨ ਠੀਕ ਆ ਔਰ ਪਾਰਟੀ ਬੇਸ ਇਨਸਾਨ ਆ ਮਜ਼ਬੂਤ ਆ ਬਾਹਾਂ ਇਲਾਵਾ ਇਹ ਬੰਦਾ ਚੁੱਕ ਕੇ ਉਹਨਾਂ ਨੂੰ ਨਾਲ ਲੈ ਆਂਦਾ ਉਹਨਾਂ ਨੂੰ ਆਪਣੇ ਨਾਲ ਲੈ ਨਹੀਂ ਤੁਹਾਡਾ ਅਗਰ ਤੁਸੀਂ ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਤੂੰ ਉਹਨਾਂ ਦੇ ਪੈਰਾ ਵਗਰਾ ਨਹੀਂ ਆ ਤੇਰੀ ਜਿਹੜੀ ਮਾੜੀ ਮੋਟੀ ਇੱਜ਼ਤ ਤਾਂ ਉਹਨਾਂ ਦੀ ਵਜ੍ਹਾ ਤੋਂ ਹੀ ਉਹਨਾਂ ਦੀ ਵਜ੍ਹਾ ਤੋਂ ਹਾਂ ਉਸਤਾਦ ਜੀ ਹਾਫਿਜ਼ ਉਮਰ ਸਾਹਿਬ ਸਲਾਮ ਕਹਿ ਰਹੇ ਆ ਮਲਕ ਤਕੀਰ ਸਾਹਿਬ ਨੇ ਸ਼ੁਹੇਬ ਖਟਾਣਾ ਸਾਹਿਬ ਮਲਕ ਬਾਬਾ ਮਲਕ ਸਾਹਿਬ ਨੇ ਜੀ ਤੁਹਾਨੂੰ ਸਲਾਮ ਕਹਿ ਰਹੇ ਆ ਜੀ ਸ਼ਹਿਜ਼ਾਦ ਅਲੀ ਏ ਮੁਹੰਮਦ ਹਸਨ ਏ ਕਾਸ਼ਫ ਕਮਾਲ ਸਾਹਿਬ ਨੇ ਬਹੁਤ ਸਾਰੇ ਦੋਸਤ ਜਨਾਬ ਤੁਹਾਨੂੰ ਸਲਾਮ ਦੁਆ ਕਹਿ ਰਹੇ ਆ ਮਾਸ਼ਾਅੱਲਾ ਔਰ ਤੁਹਾਨੂੰ ਗ੍ਰੇਟ ਵੀ ਕਹਿ ਰਹੇ ਤੁਹਾਡੀ ਗੁਫ਼ਤਗੂ ਨੂੰ ਵੀ ਬੜਾ ਪਸੰਦ ਕਰ ਰਹੇ ਮਾਸ਼ਾਅੱਲਾ ਸਾਰੇ ਦੋਸਤ ਜਿਹੜੇ ਨੇ ਹੁਣ ਕੀ ਉਹਦਾ ਨਾਂ ਹੈ ਰਾਣੇ ਮੁੰਨੇ ਨਾਲ ਮੈਨੇ ਉਸਤਾਦ ਜੀ ਕਿੰਨੀ ਵਾਰੀ ਬਾਜ਼ੀ ਉੱਡੀ ਹੈ ਤੇ ਜੇ ਅਸੀਂ ਸ਼ੌਕ ਬੇਈਮਾਨੀ ਦਾ ਉਸਤਾਦ ਅਖਤਰ ਵਾਨ ਸਾਹਿਬ ਕਰਨਾ ਵਾ ਤੇ ਫਿਰ ਅਸੀਂ ਬਾਹਰੋਂ ਛੱਡ ਕੇ ਨਾ ਉਹਨੂੰ ਜਿੱਤ ਲਈਏ ਹਾਂ ਚਲੋ ਉਸਤਾਦ ਜੀ ਕੋਈ ਨਹੀਂ ਖੈਰ ਮੈਂ ਤੇ ਕਰਨਾ ਸੀ ਤੁਹਾਡੇ ਕਬੂਤਰਾਂ ਦਾ ਵੀ ਸ਼ੌਕ ਲੇਕਿਨ ਹੁਣ ਟਾਈਮ ਨਹੀਂ ਹੈਗਾ ਅੰਧੇਰਾ ਜਿਹਾ ਹੋ ਗਿਆ ਤਾਂ ਅੰਧੇਰੇ 'ਚ ਮਜ਼ਾ ਵੀ ਨਹੀਂ ਆਏਗਾ ਚਲੋ ਕੋਈ ਹੈਗਾ ਕੋਈ ਦਿਖਾਓ ਫਿਰ ਸ਼ੌਕ ਕਰਾਓ ਦੋਸਤਾਂ ਨੂੰ ਆਪਣੀ ਗੁਫ਼ਤਗੂ ਨੂੰ ਵਾਇੰਡ ਅਪ ਕਰਦੇ ਹੋਏ ਕੋਈ ਨੀਲ ਲੁੰਬਿਆਂ ਦਾ ਕਰਾ ਦਿਓ ਕੋਈ ਟੈਡੀਆਂ ਦਾ ਜਿਹੜੇ ਤੁਹਾਡੇ ਛੇ ਬਰੀਡਰ ਕਬੂਤਰ ਨੇ ਚਲੋ 2 ਮਿੰਟ ਬਾਅਦ ਫੇਰ ਲਾਈਵ ਹੋ ਜਾਂਦੇ ਨੇ ਨਹੀਂ ਨਹੀਂ ਚੱਲਣ ਦਿਓ ਤੁਸੀਂ ਚਲੋ ਹਾਂਜੀ ਹਾਂਜੀ ਕਿੱਥੇ ਉਸਤਾਦ ਬੱਚਾ ਟੱਕ ਰਿਹਾ ਇੱਧਰ ਵੀ ਕੋਈ 2-4 ਗੱਲਾਂ ਸਾਡੇ ਉਸਤਾਦ ਦੀਆਂ ਉਹ ਮੈਂ ਭਾਈ ਨਹੀਂ 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 ਬੜਾ ਅੱਛਾ ਉਸਤਾਦ ਆ ਇਹ ਉਸਤਾਦ ਮਾਨਾ ਸਾਹਿਬ ਆ ਸਾਡੇ ਬਜ਼ੁਰਗ ਇਹ ਇਸ ਵਾਸਤੇ ਨਹੀਂ ਆਏ ਪ੍ਰੋਗਰਾਮ ਦੇਖ ਰਹੇ ਆ ਸਲਾਮ ਕਹਿ ਰਹੇ ਆ ਤੁਹਾਨੂੰ ਮਲਵਾਲੀ ਸਾਹਿਬ ਨੇ ਮੀਆਂ ਆਬਦ ਸਾਹਿਬ ਨੇ ਲੋ ਜੀ ਪਿਆਰੇ ਦੋਸਤੋ ਗੁਫ਼ਤਗੂ ਜਿਹੜੀ ਸਾਡੇ ਜਿਹੜੇ ਨਹਾਇਤ ਹੀ ਅੱਛੇ ਬੰਦੇ ਆ ਸ਼ਰੀਫ ਆਦਮੀ ਆ ਜੀ 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 ਹਾਫਿਜ਼ ਫਰਕਾਨ ਸਾਹਿਬ ਬਹੁਤ ਨਾਈਸ ਨੇ ਜੀ ਬਹੁਤ ਨਾਈਸ ਆਦਮੀ ਆ ਸ਼ਰੀਫ ਆਦਮੀ ਅੱਲਾ ਪਾਕ ਦੀ ਕਸਮ ਇਸ ਬੰਦੇ ਨੇ ਉਹਨਾਂ ਦੀ ਬਦਤਮੀਜ਼ੀ ਕੀਤੀ ਭੋਲੇ ਨਹੀਂ ਯਾਰ ਉਹਨੇ ਇਹਨੂੰ ਮੁਨਸਬ ਦਾ ਹੀ ਕਹਿ ਦਿੱਤਾ ਸੀ